ਲਖਬੀਰ ਲੰਡਾ ਦੇ ਗੁਰਗਿਆਂ ਨੂੰ ਜਿਹੜਾ ਹੈ ਪੁਲਿਸ ਨੇ ਗ੍ਰਿਫਤਾਰ ਕੀਤਾ। ਸਾਡੇ ਨਾਲ ਜਿਹੜੇ ਨੇ DSP ਰਵੀਸ਼ੇਰ ਸਿੰਘ ਨੇ, ਸਰ ਸਾਰਾ ਕੀ ਮਾਮਲਾ ਸੀ ਔਰ ਕਿਸ ਤਰੀਕੇ ਨਾਲ ਇਹ ਗੁਰਗੇ ਜਿਹੜੇ ਗ੍ਰਿਫਤਾਰ ਹੋਏ? ਜੀ, ਮਿਤੀ 2 ਜੁਲਾਈ ਨੂੰ ਇਹ ਵਾਰਦਾਤ ਹੋਈ ਸੀ ਕਸਬਾ ਚੋਲਾ ਸਾਹਿਬ ਪ੍ਰੀਤ ਟੈਲੀਕੋਮ ਦੀ ਦੁਕਾਨ ਤੇ ਦਿਨ ਦੇ ਕਰੀਬ 3 ਵਜੇ ਹੋਈ ਸੀ, ਜਿਹਦੇ ਵਿੱਚ 2 ਅਣਪਛਾਤੇ ਬੰਦੇ ਨੇ ਆਣ ਕੇ ਪ੍ਰੀਤ ਟੈਲੀਕੋਮ ਦੇ ਮਾਲਕ ਗੁਰਜਿੰਦਰ ਸਿੰਘ ਨੂੰ ਤੇ ਇੱਕ ਨਾਗਲੀ ਦੁਕਾਨ ਦੇ ਮਾਲਕ ਸਤਨਾਮ ਸਿੰਘ ਨੂੰ ਜ਼ਖਮੀ ਕੀਤਾ ਸੀ। ਜ਼ਖਮੀ ਕਰਕੇ ਤੇ ਉਹ ਮੌਕਾ ਤੋਂ 2 ਜਣੇ ਮੋਟਰਸਾਈਕਲ ਤੇ ਭੱਜ ਗਏ ਸੀ। ਹੁਣ ਮਿਤੀ 11 ਤਰੀਕ ਨੂੰ ਸਾਡੇ SSP ਸਾਹਿਬ ਵੱਲੋਂ ਸਪੈਸ਼ਲ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇੱਕ ਦੋਸ਼ੀ ਜਿਹੜਾ ਕਿ ਮੋਟਰਸਾਈਕਲ ਚਲਾ ਕੇ ਗਿਆ ਸੀ ਉਦੋਂ ਸੋਹਣ ਸਿੰਘ ਵਾਸੀ ਚੌਧਰੀ ਵਾਲਾ ਨਸ਼ਹਿਰਾ ਉਪਰ ਉਹਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕਰਕੇ ਦੋਸ਼ੀ ਕੋਲੋਂ ਇੱਕ ਦੇਸੀ 315 ਬੋਰ ਦਾ ਪਿਸਤੌਲ ਸਮੇਤ 2 ਕਾਰਤੂਸ ਬਰਾਮਦ ਕੀਤੇ ਨੇ ਤੇ ਇਸ ਵਾਰਦਾਤ ਦਾ ਪਰਦਾਫਾਸ਼ ਹੋਇਆ। ਜਿਹੜੇ ਦੂਜੇ ਵੀ ਦੋਸ਼ੀਆਂ ਦੇ ਨਾਂ ਲਏ ਨੇ ਜਿਨ੍ਹਾਂ ਨੇ ਉਹਨਾਂ ਨੂੰ ਲੋਜਿਸਟਿਕ ਸਪੋਰਟ ਦਿੱਤੀ ਸੀ, ਕਿਸੇ ਨੇ ਰੈਕੀ ਕੀਤੀ ਸੀ, ਕਿਸੇ ਨੇ ਕੱਪੜੇ ਵਗੈਰਾ ਚੇਂਜ ਕਰਾਏ, ਉਹ ਸਾਰੇ ਆਪਾਂ ਐਜ ਏ ਦੋਸ਼ੀ ਨਾਮਜ਼ਦ ਕੀਤੇ ਨੇ ਤੇ ਉਹਨਾਂ ਨੂੰ ਆਪਾਂ ਜਲਦੀ ਗ੍ਰਿਫਤਾਰ ਕਰਕੇ ਉਹਨਾਂ ਨੂੰ ਜੇਲ੍ਹ ਸਲਾਖਾਂ ਪਿੱਛੇ ਬੰਦ ਕਰਾਂਗੇ ਜੀ। ਸਰ ਜੇ ਗੱਲ ਕਰ ਲਈਏ ਜਿਹੜਾ ਦੂਸਰਾ ਵਿਅਕਤੀ ਜਿਹਨੇ ਗੋਲੀ ਚਲਾਈ ਹੈ, ਉਸ ਮਗਰ ਵੀ ਜਿਹੜੀਆਂ ਟੀਮਾਂ ਜਿਹੜੀਆਂ CIA ਸਟਾਫ ਦੀਆਂ ਟੀਮਾਂ ਜਾਂ ਤੁਹਾਡੇ ਵੱਲੋਂ ਜਿਹੜੀ ਕੀਤੀ ਜਾ ਰਹੀ ਪੈਰਵਾਈ, ਕਿੱਥੋਂ ਤੱਕ ਉਹ ਜਾਂਚ ਪਹੁੰਚੀ ਔਰ ਕਿ ਇਹ ਬੰਦੇ ਦੀ ਉਹ ਪਛਾਣ ਹੋ ਪਈ ਹੈ ਜਾਂ ਕੋਈ ਰਿਮਾਂਡ ਦੌਰਾਨ ਇਸਨੇ ਕੁਝ ਦੱਸਿਆ ਹੋਵੇ? ਹਾਂਜੀ, ਉਹਦੇ ਪਿੱਛੇ ਸਪੈਸ਼ਲ ਟੀਮਾਂ ਲੱਗੀਆਂ, ਪਰ ਮੈਂ ਡਿਊਰਿੰਗ ਇਨਵੈਸਟੀਗੇਸ਼ਨ ਉਹ ਡਿਸਕਲੋਜ ਨਹੀਂ ਕਰ ਸਕਦਾ ਕਿਉਂਕਿ ਇਹਦੇ ਨਾਲ ਦੋਸ਼ੀ ਨੂੰ ਫਾਇਦਾ ਹੋ ਸਕਦਾ। ਸਰ ਗੋਲੀ ਜਿਹੜੀ ਸੀ ਉਹਨੇ ਚਲਾਈ ਸੀ ਜਾਂ ਇਸਨੇ ਚਲਾਈ ਸੀ, ਇਹ ਕਲੀਅਰ ਹੋ ਗਿਆ? ਹਾਂਜੀ, ਇਹ ਕਲੀਅਰ ਹੈ ਜੀ, ਇਹ ਮੋਟਰਸਾਈਕਲ ਚਲਾਇਆ ਸੀ, ਇਹਨੇ ਗੋਲੀ ਦੂਜੇ ਮੁੰਡੇ ਨੇ ਚਲਾਈ ਸੀ। ਸਰ ਹੋਰ ਜਿਹੜੇ ਲਗਾਤਾਰ ਫਰੋਤੀ ਕਾਲ ਜਿਵੇਂ ਆਉਂਦੇ ਨੇ, ਔਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ? ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਨੇ, ਗੈਂਗਸਟਰਾਂ ਤੋਂ ਡਰਨ ਦੀ ਲੋੜ ਨਹੀਂ ਹੈ। ਜਿਹਨੂੰ ਵੀ ਕਿਤੇ ਕੋਈ ਧਮਕੀ ਆਉਂਦੀ ਹੈ ਫਰੋਤੀ ਕਾਲ, ਸਾਡੇ ਨਾਲ ਤੁਰੰਤ ਸੰਪਰਕ ਕੀਤਾ ਜਾਵੇ, ਇਹਦੀ ਪ੍ਰੋਟੈਕਸ਼ਨ ਕਰਨ ਦੇ ਜ਼ਿੰਮੇਵਾਰ ਆ। ਪ੍ਰੋਟੈਕਸ਼ਨ ਕਰਕੇ ਜਿਹੜੇ ਦੋਸ਼ੀ ਇਹਨਾਂ ਦੇ ਗੁਰਗੇ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ। ਲਖਬੀਰ ਲੰਡਾ ਦੇ ਗੁਰਗਿਆਂ ਨੂੰ ਜਿਹੜਾ ਹੈ ਪੁਲਿਸ ਨੇ ਗ੍ਰਿਫਤਾਰ ਕੀਤਾ। ਸਾਡੇ ਨਾਲ ਜਿਹੜੇ ਨੇ DSP ਰਵੀਸ਼ੇਰ ਸਿੰਘ ਨੇ, ਸਰ ਸਾਰਾ ਕੀ ਮਾਮਲਾ ਸੀ ਔਰ ਕਿਸ ਤਰੀਕੇ ਨਾਲ ਇਹ ਗੁਰਗੇ ਜਿਹੜੇ ਗ੍ਰਿਫਤਾਰ ਹੋਏ? ਜੀ, ਮਿਤੀ 2 ਜੁਲਾਈ ਨੂੰ ਇਹ ਵਾਰਦਾਤ ਹੋਈ ਸੀ ਕਸਬਾ ਚੋਲਾ ਸਾਹਿਬ ਪ੍ਰੀਤ ਟੈਲੀਕੋਮ ਦੀ ਦੁਕਾਨ ਤੇ ਦਿਨ ਦੇ ਕਰੀਬ 3 ਵਜੇ ਹੋਈ ਸੀ, ਜਿਹਦੇ ਵਿੱਚ 2 ਅਣਪਛਾਤੇ ਬੰਦੇ ਨੇ ਆਣ ਕੇ ਪ੍ਰੀਤ ਟੈਲੀਕੋਮ ਦੇ ਮਾਲਕ ਗੁਰਜਿੰਦਰ ਸਿੰਘ ਨੂੰ ਤੇ ਇੱਕ ਨਾਗਲੀ ਦੁਕਾਨ ਦੇ ਮਾਲਕ ਸਤਨਾਮ ਸਿੰਘ ਨੂੰ ਜ਼ਖਮੀ ਕੀਤਾ ਸੀ। ਜ਼ਖਮੀ ਕਰਕੇ ਤੇ ਉਹ ਮੌਕਾ ਤੋਂ 2 ਜਣੇ ਮੋਟਰਸਾਈਕਲ ਤੇ ਭੱਜ ਗਏ ਸੀ। ਹੁਣ ਮਿਤੀ 11 ਤਰੀਕ ਨੂੰ ਸਾਡੇ SSP ਸਾਹਿਬ ਵੱਲੋਂ ਸਪੈਸ਼ਲ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇੱਕ ਦੋਸ਼ੀ ਜਿਹੜਾ ਕਿ ਮੋਟਰਸਾਈਕਲ ਚਲਾ ਕੇ ਗਿਆ ਸੀ ਉਦੋਂ ਸੋਹਣ ਸਿੰਘ ਵਾਸੀ ਚੌਧਰੀ ਵਾਲਾ ਨਸ਼ਹਿਰਾ ਉਪਰ ਉਹਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕਰਕੇ ਦੋਸ਼ੀ ਕੋਲੋਂ ਇੱਕ ਦੇਸੀ 315 ਬੋਰ ਦਾ ਪਿਸਤੌਲ ਸਮੇਤ 2 ਕਾਰਤੂਸ ਬਰਾਮਦ ਕੀਤੇ ਨੇ ਤੇ ਇਸ ਵਾਰਦਾਤ ਦਾ ਪਰਦਾਫਾਸ਼ ਹੋਇਆ। ਜਿਹੜੇ ਦੂਜੇ ਵੀ ਦੋਸ਼ੀਆਂ ਦੇ ਨਾਂ ਲਏ ਨੇ ਜਿਨ੍ਹਾਂ ਨੇ ਉਹਨਾਂ ਨੂੰ ਲੋਜਿਸਟਿਕ ਸਪੋਰਟ ਦਿੱਤੀ ਸੀ, ਕਿਸੇ ਨੇ ਰੈਕੀ ਕੀਤੀ ਸੀ, ਕਿਸੇ ਨੇ ਕੱਪੜੇ ਵਗੈਰਾ ਚੇਂਜ ਕਰਾਏ, ਉਹ ਸਾਰੇ ਆਪਾਂ ਐਜ ਏ ਦੋਸ਼ੀ ਨਾਮਜ਼ਦ ਕੀਤੇ ਨੇ ਤੇ ਉਹਨਾਂ ਨੂੰ ਆਪਾਂ ਜਲਦੀ ਗ੍ਰਿਫਤਾਰ ਕਰਕੇ ਉਹਨਾਂ ਨੂੰ ਜੇਲ੍ਹ ਸਲਾਖਾਂ ਪਿੱਛੇ ਬੰਦ ਕਰਾਂਗੇ ਜੀ। ਸਰ ਜੇ ਗੱਲ ਕਰ ਲਈਏ ਜਿਹੜਾ ਦੂਸਰਾ ਵਿਅਕਤੀ ਜਿਹਨੇ ਗੋਲੀ ਚਲਾਈ ਹੈ, ਉਸ ਮਗਰ ਵੀ ਜਿਹੜੀਆਂ ਟੀਮਾਂ ਜਿਹੜੀਆਂ CIA ਸਟਾਫ ਦੀਆਂ ਟੀਮਾਂ ਜਾਂ ਤੁਹਾਡੇ ਵੱਲੋਂ ਜਿਹੜੀ ਕੀਤੀ ਜਾ ਰਹੀ ਪੈਰਵਾਈ, ਕਿੱਥੋਂ ਤੱਕ ਉਹ ਜਾਂਚ ਪਹੁੰਚੀ ਔਰ ਕਿ ਇਹ ਬੰਦੇ ਦੀ ਉਹ ਪਛਾਣ ਹੋ ਪਈ ਹੈ ਜਾਂ ਕੋਈ ਰਿਮਾਂਡ ਦੌਰਾਨ ਇਸਨੇ ਕੁਝ ਦੱਸਿਆ ਹੋਵੇ? ਹਾਂਜੀ, ਉਹਦੇ ਪਿੱਛੇ ਸਪੈਸ਼ਲ ਟੀਮਾਂ ਲੱਗੀਆਂ, ਪਰ ਮੈਂ ਡਿਊਰਿੰਗ ਇਨਵੈਸਟੀਗੇਸ਼ਨ ਉਹ ਡਿਸਕਲੋਜ ਨਹੀਂ ਕਰ ਸਕਦਾ ਕਿਉਂਕਿ ਇਹਦੇ ਨਾਲ ਦੋਸ਼ੀ ਨੂੰ ਫਾਇਦਾ ਹੋ ਸਕਦਾ। ਸਰ ਗੋਲੀ ਜਿਹੜੀ ਸੀ ਉਹਨੇ ਚਲਾਈ ਸੀ ਜਾਂ ਇਸਨੇ ਚਲਾਈ ਸੀ, ਇਹ ਕਲੀਅਰ ਹੋ ਗਿਆ? ਹਾਂਜੀ, ਇਹ ਕਲੀਅਰ ਹੈ ਜੀ, ਇਹ ਮੋਟਰਸਾਈਕਲ ਚਲਾਇਆ ਸੀ, ਇਹਨੇ ਗੋਲੀ ਦੂਜੇ ਮੁੰਡੇ ਨੇ ਚਲਾਈ ਸੀ। ਸਰ ਹੋਰ ਜਿਹੜੇ ਲਗਾਤਾਰ ਫਰੋਤੀ ਕਾਲ ਜਿਵੇਂ ਆਉਂਦੇ ਨੇ, ਔਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ? ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਨੇ, ਗੈਂਗਸਟਰਾਂ ਤੋਂ ਡਰਨ ਦੀ ਲੋੜ ਨਹੀਂ ਹੈ। ਜਿਹਨੂੰ ਵੀ ਕਿਤੇ ਕੋਈ ਧਮਕੀ ਆਉਂਦੀ ਹੈ ਫਰੋਤੀ ਕਾਲ, ਸਾਡੇ ਨਾਲ ਤੁਰੰਤ ਸੰਪਰਕ ਕੀਤਾ ਜਾਵੇ, ਇਹਦੀ ਪ੍ਰੋਟੈਕਸ਼ਨ ਕਰਨ ਦੇ ਜ਼ਿੰਮੇਵਾਰ ਆ। ਪ੍ਰੋਟੈਕਸ਼ਨ ਕਰਕੇ ਜਿਹੜੇ ਦੋਸ਼ੀ ਇਹਨਾਂ ਦੇ ਗੁਰਗੇ ਨੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ।